ਜੈ ਭੀਮ ਜੈ ਭਾਰਤ। ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ਮੀ, ਪ੍ਰਧਾਨ ਅੰਬੇਡਕਰ ਟਾਈਗਰ ਫੋਰਸ, ਜਿੰਨੇ ਵੀ ਇਸ ਚੈਨਲ ਨੂੰ ਫੈਨ ਡਾਕਟਰ ਅੰਬੇਡਕਰ ਜੀ ਨੂੰ, ਜਿੰਨੇ ਵੀ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਸਮਾਜ ਦਾ ਜੋ ਵੀ ਪਰਿਵਾਰ ਦੇਖਦਾ ਹੈ, ਸਾਰਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ ਹਰ ਹਰ ਵਾਲਮੀਕਿ ਜੀ। ਮੈਂ ਸਾਰੇ ਸਮਾਜ ਨੂੰ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਗਿੰਨੀ ਮਾਹੀ, ਜੋ ਪੰਜਾਬੀ ਸਿੰਗਰ ਹੈ, ਉਹਨੂੰ ਚੇਤਾਵਨੀ ਦਿੱਤੀ ਸੀ, ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪਿਤਾ ਜੀ ਜੋ ਕਿ ਰਕੇਸ਼ ਮਾਹੀ ਜੀ, ਉਹਨਾਂ ਨਾਲ ਬੈਠ ਕੇ ਸਾਡੀ ਗੱਲਬਾਤ ਹੋਈ। ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਮਿਸ਼ਨ ਲਈ ਗਾਉਂਦੇ ਹੋ ਅਤੇ ਜਗਰਾਤੇ ਕਿਉਂ ਕਰਦੇ ਹੋ, ਅਤੇ ਉਹਨਾਂ ਨੇ ਸਾਨੂੰ ਜੋ ਜਵਾਬ ਦਿੱਤਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਮਿਸ਼ਨਰੀ ਨਹੀਂ ਹਾਂ। ਜੋ ਗਿੰਨੀ ਮਾਹੀ ਹੈ ਉਹ ਇੱਕ ਕਮਰਸ਼ੀਅਲ ਸਿੰਗਰ ਹੈ, ਉਹ ਜੋ ਵੀ ਗਾ ਸਕਦੀ ਹੈ, ਔਰ ਅਸੀਂ ਇੱਥੇ ਇਹਨਾਂ ਸ਼ਬਦਾਂ ਜੋ ਅਸੀਂ ਸ਼ਬਦ ਗਿੰਨੀ ਮਾਹੀ ਨੂੰ ਬਾਅਦ ਤੋਂ ਫੜ ਕੇ ਸਟੇਜ ਤੇ ਲਾਉਣ ਦੇ ਲਈ ਕਿਹਾ ਸੀ, ਉਹ ਅਸੀਂ ਉੱਥੇ ਜੋ ਹੈ ਵਾਪਸ ਲਏ, ਕਿਉਂਕਿ ਸਾਡਾ ਰੋਸ ਜੋ ਸੀ ਉਹ ਇਸ ਕਰਕੇ ਸੀ ਕਿ ਉਹ ਸਾਡੇ ਸਮਾਜ ਦੀ ਬੇਟੀ ਜੋ ਕਿ ਮਨੁਵਾਦ ਲੋਕਾਂ ਦੇ ਜਗਰਾਤੇ ਲਾਉਂਦੀ ਸੀ, ਸਾਡੇ ਦਿਲ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਠੇਸ ਸੀ ਕਿ ਅਸੀਂ ਉਹਨਾਂ ਲੋਕਾਂ ਦਾ ਪ੍ਰਚਾਰ ਕਿਉਂ ਕਰੀਏ, ਪਰ ਉਹਨਾਂ ਨੇ ਸਾਨੂੰ ਇਹ ਗੱਲ ਸਾਬਤ ਕਰ ਦਿੱਤੀ, ਦੱਸ ਦਿੱਤੀ ਕਿ ਅਸੀਂ ਜੋ ਹੈ ਕਮਰਸ਼ੀਅਲ ਸਿੰਗਰ ਹਾਂ, ਨਾ ਕਿ ਕੋਈ ਮਿਸ਼ਨਰੀ ਸਿੰਗਰ। ਅਸੀਂ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਸਮਾਂ ਬਹੁਤ ਨਾਜ਼ੁਕ ਚੱਲ ਰਿਹਾ ਹੈ, ਕਿਉਂਕਿ ਜੋ ਦਿਨ ਪ੍ਰਤੀ ਦਿਨ ਸਾਡੇ ਉੱਤੇ ਅਤਿਆਚਾਰ ਹੋ ਰਹੇ ਹਨ, ਭਲੀ ਭਾਂਤੀ ਮੇਰਾ ਜੋ ਵੀ ਸਮਾਜ ਹੈ ਸਾਰਾ ਸਭ ਜਾਣਦਾ ਹੈ, ਔਰ ਮੈਂ ਬੇਨਤੀ ਕਰਦਾ ਸਮਾਜ ਨੂੰ ਕਿ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਉੱਤੇ ਚੱਲਣ ਦੀ ਲੋੜ ਹੈ। ਸੋ ਆਪ ਔਰ ਆਪਣੇ ਬੱਚਿਆਂ ਨੂੰ ਆਂਢ ਗੁਆਂਢ ਵਿੱਚ ਸਭ ਨੂੰ ਸੁਨੇਹਾ ਲਾ ਕੇ ਜੋ ਹੈ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੋੜੋ। ਇਹਨਾਂ ਗੱਲਾਂ ਦੇ ਨਾਲ ਹੀ ਸਾਰੇ ਸਮਾਜ ਨੂੰ ਜੈ ਭੀਮ, ਜੈ ਭਾਰਤ।